ये वेख रहे हो कि जिहड़ी ये नंबर प्लेट है हाई सिक्योरिटी नंबर प्लेट नहीं है। सब तो पहला तो ये जिहड़ी नंबर प्लेट है टेप नाल लाई गई है, इहनू कोई भी उखाड़ सकदा और नवीं नंबर प्लेट लगा सकदा। जिवें ये प्लेट तुसीं वेख ली कि इहदे ते अक्खर भी असीं अपनी मर्जी नाल बनाए हुए ने, कई प्लेटां ते सानूं इह भी नहीं पता लगता कि लिखिया की है। एक्सीडेंट होने की सूरत में असी गड्डी नूं जिहड़ा ट्रेस करना वो नंबर प्लेट तो ही करना। अगर पैटर्न मुताबक नंबर प्लेट लगी होगी तो सानूं सौख होएगी, असी चलान तो भी बचांगे। ये हाई सिक्योरिटी नंबर प्लेट है, ये जिहड़े लॉक वगैरह वो कंपनी तो लगे हुए हैं। अगर ये नंबर प्लेट पुट्टी जाती तो सानूं कंपनी अप्लाई करके दोबारा लगानी पएगी, तो साड़ी गड्डी चोरी होने तो बचेगी, कोई धोखे नाल नंबर प्लेट नहीं ये लगवा सकता। जदों रात को इस ते लाइट पैंदी है तो यह चमक दिंदी है रिफ्लैक्टर टाइप, तो यह सानूं एक्सीडेंटा तो भी बचाती है। हाई सिक्योरिटी नंबर प्लेट ना होने का चलान किया जाता, एक तो यदा फाइन बहुत ज़्यादा, एक छोटी जी गलती तो असी वड्डा भुगतान कर रहे हैं। सत श्री अकाल, तुसीं देख रहे हो 10 सिटी हेडलाइनस, मैं तुहाडा दोस्त गगन समाद। अज जिहड़ियां अपने व्हीकलां दे उपर नंबर प्लेट लगियां हुंदियां ने उन्हां बारे जिहड़ी गलबात करनी है, जिहड़ी हाई सिक्योरिटी नंबर प्लेटां हुंदियां ने उन्हां नूं लगवाउण दा की फायदा, ते जिहड़ियां दूजियां बिना हाई सिक्योरिटी तों नंबर प्लेटां हुंदियां ने उन्हां नूं लगवाउण दा जिहड़ा की नुकसान है। सो इस संबंधी साडे नाल गलबात करन लई मौजूद होणगे अशोक कुमार जी, जो कि ਜ਼ਿਲ੍ਹਾ ਜ਼ੋਨ ਇੰਚਾਰਜ, ਜਿਹੜੇ ਟ੍ਰੈਫਿਕ ਦੇ ਜ਼ੋਨ ਇੰਚਾਰਜ ਨੇ, ਸਾਡੇ ਨਾਲ ਮੌਜੂਦ ਹੋਣਗੇ। ਗੱਲਬਾਤ ਅਸੀਂ ਕਰਦੇ ਹਾਂ, ਆਓ ਤੁਹਾਨੂੰ ਲੈ ਕੇ ਚੱਲਦੇ ਹਾਂ, ਸਾਡੇ ਨਾਲ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਰ ਅੱਜ ਨੰਬਰ ਪਲੇਟਾਂ ਨੂੰ ਲੈ ਕੇ ਗੱਲਬਾਤ ਕਰਨੀ ਹੈ। ਇੱਕ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਹੁੰਦੀਆਂ ਨੇ, ਇੱਕ ਜਿਹੜੀਆਂ ਬਿਨਾਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਹੁੰਦੀਆਂ, ਜਿੱਦਾਂ ਅਸੀਂ ਆਮ ਦੇਖ ਰਹੇ ਹਾਂ। ਸੋ ਇਹਨਾਂ ਦਾ ਜਿਹੜਾ ਇਹ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ, ਇਹ ਨੁਕਸਾਨ ਕੀ ਹੈ ਅਤੇ ਹਾਈ ਸਿਕਿਉਰਟਾਂ ਜਿਹੜੇ ਨੰਬਰ ਪਲੇਟ ਹੁੰਦੀਆਂ ਨੇ ਉਹਨਾਂ ਨੂੰ ਲਗਵਾਉਣ ਦਾ ਫਾਇਦਾ ਕੀ ਹੈ? ਵੇਖੋ ਸਰ, ਜਿਵੇਂ ਤੁਸੀਂ ਇਹ ਵੇਖ ਰਹੇ ਹੋ ਕਿ ਜਿਹੜੀ ਇਹ ਨੰਬਰ ਪਲੇਟ ਹੈ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਨੰਬਰ ਪਲੇਟ ਹੈ ਟੇਪ ਨਾਲ ਲਾਈ ਗਈ ਹੈ, ਇਹਨੂੰ ਕੋਈ ਵੀ ਉਖਾੜ ਸਕਦਾ ਔਰ ਨਵੀਂ ਨੰਬਰ ਪਲੇਟ ਲਗਾ ਸਕਦਾ। ਇਹ ਨੰਬਰ ਪਲੇਟ ਆਪਾਂ ਕਿਤੋਂ ਵੀ ਬਣਵਾ ਸਕਦੇ ਹਾਂ ਜੋ ਕਿ ਵੈਲਿਡ ਨਹੀਂ ਹੈ। ਜਿਹੜੀ ਹਾਈ ਸਿਕਿਉਰਿਟੀ ਨੰਬਰ ਪਲੇਟ ਹੈ ਉਹ ਸਰਕਾਰ ਵੱਲੋਂ ਸਾਨੂੰ ਵੈਲਿਡ ਹੈ, ਉਹਦਾ ਚਲਾਨ ਨਹੀਂ ਹੁੰਦਾ ਔਰ ਉਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ। ਜਿਵੇਂ ਇਹ ਪਲੇਟ ਤੁਸੀਂ ਵੇਖ ਲਈ ਕਿ ਇਹਦੇ 'ਤੇ ਅੱਖਰ ਵੀ ਅਸੀਂ ਆਪਣੀ ਮਰਜ਼ੀ ਨਾਲ ਬਣਾਏ ਹੋਏ ਨੇ, ਕਈ ਪਲੇਟਾਂ 'ਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਲਿਖਿਆ ਕੀ ਹੈ, ਜਾਂ ਕੁਝ ਬੱਚੇ ਸ਼ਰਾਰਤ ਵਿੱਚ ਜੋ ਆਪਣਾ ਗੋਤ ਹੈ ਜਾਂ ਉਸ ਤਰ੍ਹਾਂ ਦੇ ਅੱਖਰ ਲੈ ਕੇ ਉਸ ਤਰ੍ਹਾਂ ਦਾ ਲੋਗੋ ਬਣਾਉਂਦੇ ਨੇ ਜੋ ਕਿ ਪੜ੍ਹਿਆ ਨਹੀਂ ਜਾਂਦਾ। ਐਕਸੀਡੈਂਟ ਹੋਣ ਦੀ ਸੂਰਤ ਵਿੱਚ ਅਸੀਂ ਗੱਡੀ ਨੂੰ ਜਿਹੜਾ ਟਰੇਸ ਕਰਨਾ ਉਹ ਨੰਬਰ ਪਲੇਟ ਤੋਂ ਹੀ ਕਰਨਾ। ਜਿਵੇਂ ਸੇਫ ਸਿਟੀ ਦੇ ਕੈਮਰੇ ਹੈ ਉਹ ਗੱਡੀ ਨੂੰ ਜਿਹੜਾ ਟਰੇਸ ਕਰਨਾ ਉਹਨਾਂ ਨੇ ਨੰਬਰ ਪਲੇਟ ਤੋਂ ਕਰਨਾ। ਅਗਰ ਪੈਟਰਨ ਮੁਤਾਬਕ ਨੰਬਰ ਪਲੇਟ ਲੱਗੀ ਹੋਊਗੀ ਤਾਂ ਸਾਨੂੰ ਸੌਖ ਹੋਏਗੀ, ਅਸੀਂ ਚਲਾਨ ਤੋਂ ਵੀ ਬਚਾਂਗੇ। ਅਸੀਂ ਜੇ ਕੋਈ ਗੱਡੀ ਸਾਡੇ ਨਾਲ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਗੱਡੀ ਕੋਈ ਰਾਉਂਡ ਅਪ ਕਰਨੀ ਹੈ ਉਹਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਪੇਸ਼ ਨਹੀਂ ਆਏਗੀ। ਜਿਵੇਂ ਹੁਣ ਮੈਂ ਤੁਹਾਨੂੰ ਦਿਖਾ ਰਿਹਾ, ਤੁਸੀਂ ਵੇਖ ਰਹੇ ਹੋ ਆਹ ਗੱਡੀ, ਇਹ ਹਾਈ ਸਿਕਿਉਰਿਟੀ ਨੰਬਰ ਪਲੇਟ ਹੈ, ਇਹ ਹਾਈ ਸਿਕਿਉਰਿਟੀ ਨੰਬਰ ਪਲੇਟ ਹੈ, ਇਹਦੇ ਜਿਹੜੇ ਲੋਗ ਵਗੈਰਾ ਉਹ ਕੰਪਨੀ ਤੋਂ ਲੱਗੇ ਹੋਏ ਨੇ। ਅਗਰ ਇਹ ਨੰਬਰ ਪਲੇਟ ਪੁੱਟੀ ਜਾਂਦੀ ਤਾਂ ਸਾਨੂੰ ਕੰਪਨੀ 'ਚ ਅਪਲਾਈ ਕਰਕੇ ਦੁਬਾਰਾ ਲਗਾਉਣੀ ਪਏਗੀ, ਅਤੇ ਸਾਡੀ ਗੱਡੀ ਚੋਰੀ ਹੋਣ ਤੋਂ ਬਚੂਗੀ, ਕੋਈ ਧੋਖੇ ਨਾਲ ਨੰਬਰ ਪਲੇਟ ਨਹੀਂ ਇਹ ਲਗਵਾ ਸਕਦਾ। ਹਾਂ, ਇਸ ਤੋਂ ਬਾਅਦ ਇਸ ਦਾ ਐਕਸਟਰਾ ਫਾਇਦਾ, ਜਦੋਂ ਰਾਤ ਨੂੰ ਇਸ 'ਤੇ ਲਾਈਟ ਪੈਂਦੀ ਹੈ ਤਾਂ ਇਹ ਚਮਕ ਦਿੰਦੀ ਹੈ ਰਿਫਲੈਕਟਰ ਟਾਈਪ, ਅਤੇ ਇਹ ਸਾਨੂੰ ਐਕਸੀਡੈਂਟਾਂ ਤੋਂ ਵੀ ਬਚਾਉਂਦੀ ਹੈ। ਜੀ ਸਰ। ਤੋ ਸਰ, ਜਿਨ੍ਹਾਂ ਦੀਆਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਜਿਹੜੇ ਚਲਾਨ ਵੀ ਹੁੰਦੇ ਆ, ਕਿਸ ਤਰ੍ਹਾਂ ਦੇ? ਬਿਲਕੁਲ ਸਰ, ਮੈਂ ਜਾਣਕਾਰੀ ਲਈ ਦੱਸ ਦਿੰਦਾ, ਜਿਨ੍ਹਾਂ ਦੇ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨਹੀਂ ਹੁੰਦੀਆਂ ਉਹਨਾਂ ਦਾ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਦਾ ਚਲਾਨ ਕੀਤਾ ਜਾਂਦਾ। ਮੇਰੇ ਹਿਸਾਬ ਨਾਲ ਉਹਦਾ 2000 ਰੁਪਇਆ ਫਾਈਨ ਹੈ। ਇੱਕ ਤਾਂ ਇਹਦਾ ਫਾਈਨ ਬਹੁਤ ਜ਼ਿਆਦਾ, ਇੱਕ ਛੋਟੀ ਜਿਹੀ ਗਲਤੀ 'ਤੇ ਅਸੀਂ ਵੱਡਾ ਭੁਗਤਾਨ ਕਰ ਰਹੇ ਹਾਂ। ਅਤੇ ਨੰਬਰ ਪਲੇਟ ਅਗਰ ਇਹ ਲੱਗੀ ਹੋਊਗੀ ਤਾਂ ਅਸੀਂ ਜੈਨੂਅਨ ਮੰਨੇ ਜਾਵਾਂਗੇ, ਅਤੇ ਨੰਬਰ ਪਲੇਟ ਦੇ ਅਗਰ ਅੱਖਰ ਅਧੂਰੇ ਹੋਣਗੇ ਜਾਂ ਪੈਟਰਨ ਮੁਤਾਬਕ ਨਹੀਂ ਹੋਊਗੀ ਸਾਨੂੰ ਦਿੱਕਤ ਆ ਸਕਦੀ, ਅਸੀਂ ਫੈਮਿਲੀ ਨਾਲ ਸਫ਼ਰ ਕਰਦੇ ਹਾਂ ਤਾਂ ਪੁਲਿਸ ਪੁੱਛੂਗੀ ਜੀ ਗਲਤ ਕਿਉਂ ਲਾਏ ਆ। ਘਟਨਾ ਹੋਣ ਦੀ ਹਾਲਤ ਵਿੱਚ ਅਸੀਂ ਕੈਮਰਿਆਂ 'ਚ ਵੀ ਫਿਰ ਕੋਈ ਹਾਦਸਾ ਟਰੇਸ ਨਹੀਂ ਕਰ ਸਕਦੇ। ਮੈਂ ਤਾਂ ਜਿੰਨੇ ਵੀ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ, ਜਿੰਨੇ ਵੀ ਮੇਰਾ ਵੀਰ ਵੇਖ ਰਹੇ ਨੇ, ਕਿ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਾਓ, ਤਾਂ ਕਿ ਮੋਟਰ ਵਹੀਕਲ ਐਕਟ ਦੇ ਆਪਾਂ ਜਿੰਨੇ ਵੀ ਨਿਯਮ ਹੈ ਉਹਨਾਂ ਦੀ ਪਾਲਣਾ ਕਰੀਏ, ਸੁਰੱਖਿਅਤ ਰਹੀਏ। ਸੋ ਸਾਡੇ ਨਾਲ ਮੌਜੂਦ ਸਨ ਜ਼ੋਨ ਇੰਚਾਰਜ ਟ੍ਰੈਫਿਕ ਪੁਲਿਸ ਦੇ ਅਸ਼ੋਕ ਕੁਮਾਰ ਜੀ, ਜਿਨ੍ਹਾਂ ਨੇ ਨੰਬਰ ਪਲੇਟਾਂ ਨੂੰ ਲੈ ਕੇ ਅਹਿਮ ਜਾਣਕਾਰੀਆਂ ਜਿਹੜੀਆਂ ਸਾਡੇ ਨਾਲ ਸਾਂਝਾ ਕੀਤੀਆਂ, ਕਿ ਕਿਸ ਤਰ੍ਹਾਂ ਤੁਸੀਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਾ ਕੇ ਆਪਣੀ ਗੱਡੀ ਨੂੰ ਚੋਰੀ ਹੋਣ ਤੋਂ ਬਚਾ ਸਕਦੇ ਹੋ, ਅਤੇ ਨਾਲ ਹੀ ਕਿਤੇ ਨਾ ਕਿਤੇ ਜਿਹੜਾ ਐਕਸੀਡੈਂਟ ਹੋਣ ਤੋਂ ਵੀ ਜਿਹੜਾ ਤੁਸੀਂ ਬਚਾ ਸਕਦੇ ਹੋ। ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ, ਮੈਂ ਤੁਹਾਡਾ ਦੋਸਤ ਗਗਨ ਸਮਾਤ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।